ਸੋਲਰ ਵਾਟਰ ਬੋਟਲ ਨੇ ਬਹੁਤ ਗਰੀਬ ਘਰਾਂ ਵਿੱਚ ਰੋਸ਼ਨੀ ਪੈਦਾ ਕੀਤੀ ਹੈ। ਇਹ ਕੁਝ ਰਿਸਰਚ ਨੇ MIT ਵਿੱਚ ਡਿਜ਼ਾਈਨ ਕੀਤੀ ਸੀ। ਇੱਕ ਟ੍ਰਾਂਸਪੇਰੈਂਟ ਪਲਾਸਟਿਕ ਬੋਟਲ ਲੈ ਕੇ ਉਸ ਦਾ 3/4 ਹਿੱਸਾ ਗੱਤੇ ਦੇ ਡੱਬੇ ਵਿੱਚ ਲਟਕਾ ਦਿਓ ਅਤੇ ਇਸ ਨੂੰ ਪਾਣੀ ਨਾਲ ਭਰ ਕੇ ਢੱਕਣ ਬੰਦ ਕਰ ਦਿਓ। ਇੱਕ ਪਾਸੇ ਗੋਲ ਪੈਪ ਹੋਲ ਬਣਾ ਦਿਓ। ਨੀਚੇ ਵਾਲਾ ਢੱਕਣ ਖੋਲ੍ਹ ਕੇ ਦੇਖੋ ਤਾਂ ਤੁਹਾਨੂੰ ਲਟਕੀ ਹੋਈ ਦਿਖੇਗੀ। ਬਹੁਤ ਸਾਰੀਆਂ ਪਿਕਚਰਸ ਚਿਪਕਾ ਦਿਓ ਡੱਬੇ ਵਿੱਚ ਅਤੇ ਅਖੀਰ ਸਾਰੇ ਡੱਬੇ ਨੂੰ ਟੇਪ ਦਾ ਕਰ ਦਿਓ ਤਾਂ ਕਿ ਕਿਸੇ ਪਾਸਿਓਂ ਵੀ ਲਾਈਟ ਅੰਦਰ ਨਾ ਆ ਪਾਏ। ਇੱਕ ਵੱਡੀ ਬੋਟਲ ਨੂੰ ਕੱਟ ਕੇ ਕਾਲੇ ਰੰਗ ਦੇ ਕਾਗਜ਼ ਨਾਲ ਕਵਰ ਕਰ ਦਿਓ। ਇਸ ਬੋਟਲ ਨਾਲ ਲਾਈਟ ਬੋਟਲ ਨੂੰ ਕਵਰ ਕਰ ਦਿਓ। ਹੁਣ ਇਸ ਡੱਬੇ ਨੂੰ ਸਨਲਾਈਟ ਵਿੱਚ ਰੱਖੋ। ਤੁਸੀਂ ਪਾਣੀ ਦੀ ਬੋਟਲ ਨੂੰ ਢੱਕ ਵੀ ਸਕਦੇ ਹੋ ਅਤੇ ਖੇਲ ਵੀ ਸਕਦੇ ਹੋ। ਪੈਪ ਹੋਲ ਦੇ ਰਸਤੇ ਤੋਂ ਦੇਖੋ ਕਵਰ ਅਨਕਵਰ ਬੋਟਲ ਨੂੰ ਕਰਕੇ। ਜਦ ਅਨਕਵਰ ਕਰੋਗੇ ਤਾਂ ਤੁਸੀਂ ਪਿਕਚਰਸ ਨੂੰ ਦੇਖ ਪਾਓਗੇ ਬਾਕਸ ਵਿੱਚ ਹੀ। ਢੱਕ ਕੇ ਬੋਟਲ ਦੇਖੋਗੇ ਤਾਂ ਹਨੇਰਾ ਦਿਖੇਗਾ। ਅਨਕਵਰ ਕਰਨ ਤਾਂ ਰੰਗੀਨ ਪਿਕਚਰਸ ਦਿਖਣਗੀਆਂ। ਪਲਾਸਟਿਕ ਬੋਟਲ ਲਾਈਟ ਦਾ ਕੰਮ ਕਰੇਗੀ, ਇਸ ਲਈ ਕੋਈ ਇਲੈਕਟ੍ਰਿਸਿਟੀ ਬਲਬ ਦੀ ਲੋੜ ਨਹੀਂ ਹੈ। ਬੱਚੇ ਸੂਰਜ ਦੀ ਰੋਸ਼ਨੀ ਦੀ ਪਾਵਰ ਦੇਖ ਕੇ ਮਜ਼ੇ ਲੈਣਗੇ। ਇਹ ਸਿੰਪਲ ਵਾਟਰ ਬੋਟਲ ਸਨਲਾਈਟ ਘਰਾਂ ਵਿੱਚ ਲਾਈਟ ਦਾ ਕੰਮ ਕਰੇਗੀ।